ਪਤਾ ਲੱਗਿਆ? ਭਾਜੀ ਮੈਂ ਜਦੋਂ ਆਉਣ ਡਿਆ ਤਾਂ ਸਕੂਟਰੀ ਇਹਦੀ ਡਿੱਗੀ, ਤੇ ਸਕੂਟਰੀ ਵੇਖਣ ਲੱਗੇ, ਖੜੀ ਕਰਨ ਲੱਗੇ, ਇਹ ਨਾਲ ਇਹ ਡਿੱਗਾ ਹੈ, ਤੇ ਇਹਨੂੰ ਚੁੱਕਿਆ ਤਾਂ ਪਰ ਇਹ ਖਤਮ ਹੋ ਗਿਆ ਹੈ, ਫਿਰ ਫੂੰ ਫਣ ਕੀਤੇ ਵੀ ਸਾਰਿਆਂ ਨੂੰ ਸੱਦ ਲਿਆ, ਤਾਂ ਬਹੁਤ ਬੇਰਹਿਮੀ ਨਾਲ ਕਤਲ ਕੀਤਾ ਗਿਆ ਜੀ, ਬਹੁਤ ਮਾੜਾ ਕੰਮ ਕੀਤਾ ਗਿਆ, ਤੇ ਇਸ ਕਰਕੇ ਚਲੋ ਉਸ ਕੇਸ ਫੜੇ ਜਾਣੇ ਚਾਹੀਦੇ ਆ, ਇਨਸਾਫ ਚਾਹੀਦਾ ਸਾਨੂੰ ਮਿਲ। ਲੱਗਦਾ ਕਿਤੇ ਕੋਈ ਸ਼ੱਕ ਹੈ ਕੁਝ ਨਹੀਂ ਭਾਜੀ, ਰਾਹ ਵਗਦਾ ਆ ਕਹਿ ਸਕਦੇ ਹਾਂ, ਠੀਕ ਹੈ ਨਾ, ਵਾਰਦਾਤਾਂ ਬਹੁਤ ਇਸ ਰਾਹ ਦੀ ਹੁੰਦੀਆਂ, ਤੇ ਪਤਾ ਨਹੀਂ ਕਿੱਧਰ ਕੀ ਕਿੱਧਰ ਨੂੰ ਇੱਧਰੋਂ ਪੁੱਲ ਬਣਿਆ, ਤੇ ਬੇਟ ਏਰੀਆ ਬਹੁਤ ਜ਼ਿਆਦਾ ਵਾਰਦਾਤਾਂ ਇੱਥੇ ਹੁੰਦੀਆਂ। ਹਾਂਜੀ ਨਹੀਂ ਜੀ, ਅਸੀਂ ਤਾਂ ਸਮਾਜ ਸੇਵਾ ਦਾ ਕੰਮ ਕਰਦੇ ਹਾਂ, ਇਹ ਜ਼ਰੂਰ ਹੈ ਕਿ ਚੰਗੇ ਮਾੜੇ ਬੰਦਿਆਂ ਦੇ ਖਿਲਾਫ਼ ਅਸੀਂ ਬੋਲਦੇ ਰਹਿੰਦੇ ਹਾਂ, ਜਿਹੜੇ ਸਮਾਜ ਵਿਰੋਧੀ ਅਨਸਰ ਆ ਉਹਨਾਂ ਨੂੰ ਨੱਥ ਪਾਉਣ ਦੀਆਂ ਗੱਲਾਂ ਕਰਦੇ ਰਹਿੰਦੇ ਹਾਂ, ਬਾਕੀ ਕਿਸੇ ਨਾਲ ਵੀ ਸਾਡੀ ਕੋਈ ਜਾਤੀ ਦੁਸ਼ਮਣੀ ਨਹੀਂ ਹੈਗੀ, ਉਹ ਜੋ ਵੀ ਹੋਊਗੀ ਪੁਲਿਸ ਦਾ ਕੰਮ ਹੈ, ਤਫਤੀਸ਼ ਕਰੂਗੀ, ਉਹ ਸਾਰਾ ਕੁਝ ਸਾਹਮਣੇ ਆ ਜਾਊਗਾ। ਅੱਜ ਸਾਨੂੰ PS ਦਸੂਹਾ ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਇਨਫੋਰਮੇਸ਼ਨ ਆਈ ਸੀ ਵੀ ਜੰਗਲਾਤ ਏਰੀਏ ਵਿੱਚ ਇੱਕ ਕਟ ਵੱਢ ਹੋਈ ਹੈ, ਤਿੱਖੇ ਹਥਿਆਰਾਂ ਦੇ ਨਾਲ ਇੱਕ ਬਜ਼ੁਰਗ ਬੰਦੇ ਦਾ ਕਿਸੇ ਨੇ ਕਤਲ ਕਰ ਦਿੱਤਾ। ਉਸ ਸੰਬੰਧ ਵਿੱਚ DSP ਦਸੂਹਾ, NSHO, ਸਾਡੀਆਂ CI ਦੀਆਂ ਟੀਮਾਂ ਅਸੀਂ ਇੱਥੇ ਪਹੁੰਚੇ ਹਾਂ, ਔਰ ਕਰੀਪਜੋਤ ਸਿੰਘ ਨਾਂ ਦਾ ਸਾਡੇ ਬਜ਼ੁਰਗ ਹੈਗੇ ਆ, ਜਿਹੜੇ ਕਿ ਆਪਣੇ ਦਰਿਆ ਵਾਲੇ ਪਾਸਿਓਂ ਆਪਣੇ ਖੇਤਾਂ ਤੋਂ ਘਰ ਵਾਲੇ ਪਾਸੇ ਨੂੰ ਜਾ ਰਹੇ ਸੀ, ਕਿਸੇ ਨੇ ਘੇਰ ਕੇ ਉਹਨਾਂ ਦੇ ਸੱਟਾਂ ਮਾਰੀਆਂ। ਉਹਦੇ ਸੰਬੰਧੀ FIR ਅਸੀਂ ਦਰਜ ਕਰਕੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਸਟਾਰਟ ਕਰ ਦਿੱਤੀ ਹੈ, ਔਰ ਜਲਦੀ ਹੀ ਜਿਹੜੇ ਬੰਦਿਆਂ ਨੇ ਇਹ ਕਾਰਾ ਕੀਤਾ ਉਹਨਾਂ ਰਾਊਂਡ ਅਪ ਕੀਤਾ ਜਾਵੇ। ਨਹੀਂ ਹਾਲੇ ਬਹੁਤ ਮੁੱਢਲੀ ਸਟੇਜ ਹੈਗੀ ਤਫਤੀਸ਼ ਸਾਡੀ, ਸਾਰੇ ਐਂਗਲਾਂ 'ਤੇ ਇਨਵੈਸਟੀਗੇਸ਼ਨ ਕਰਾਂਗੇ, ਬੇਸਿਕਲੀ ਹਾਲੇ ਬਲਾਈਂਡ ਮਰਡਰ ਹੈਗਾ, ਔਰ ਇਸ ਤਫਤੀਸ਼ ਦੌਰਾਨ ਹੀ ਜਿਹੜੇ ਤੱਤ ਸਾਹਮਣੇ ਆਉਣਗੇ ਉਹ ਤੁਹਾਡੇ ਸਾਹਮਣੇ ਲਿਆਂਦੇ ਜਾਣਗੇ। ਸਰ ਇੱਕ ਇੱਥੇ ਜਿਹੜਾ ਨਸ਼ਾ ਬਹੁਤ ਵਿਕਦਾ ਸੀ, ਇਹ ਹਰ ਵੇਲੇ ਆਵਾਜ਼ ਉਠਾਉਂਦੇ ਸੀ ਜੀ ਨਸ਼ੇ ਖਿਲਾਫ਼ ਕਿ ਇੱਥੇ ਨਸ਼ਾ ਬਹੁਤ ਵਿਕਦਾ, ਇਹਨਾਂ ਨੇ ਕਈ ਵਾਰੀ ਕੰਪਲੇਂਟਾਂ ਵੀ ਕੀਤੀਆਂ ਸੀ, ਕਿਤੇ ਉਹੀ ਕਾਰਨ ਤਾਂ ਨਹੀਂ? ਦੇਖੋ ਲਾਸਟ ਟਾਈਮ ਵੀ ਆਪਾਂ ਸ਼ਾਇਦ ਇੱਥੇ ਹੀ ਮਿਲੇ ਸੀ, ਇਹਦੇ ਬੈਕ ਸਾਈਡ 'ਤੇ ਹੈਗੀ ਉਹ ਜਿਹੜਾ ਘਰ ਸੀਗਾ, ਜਿਹੜਾ ਸਾਰਾ ਟੱਬਰ ਹੀ ਡਰੱਗਸ ਦੇ ਵਿੱਚ ਇਨਵੋਲਵ ਸੀਗਾ, ਔਰ ਇਹ ਸਿਚੁਏਸ਼ਨ ਇਹੋ ਜਿਹੀ ਆ, ਆਪਾਂ ਬਿਲਕੁਲ ਦਰਿਆ ਦੇ ਨਾਲ ਹੀ ਖੜੇ ਹਾਂ, ਅੱਧੇ ਕਿਲੋਮੀਟਰ 'ਤੇ ਦਰਿਆ ਹੈਗਾ ਆ, ਔਰ ਇੱਥੇ RG ਪੁਲ ਬਣਿਆ ਹੋਇਆ, ਬਹੁਤ ਸਾਰੇ ਜਿਹੜੇ ਮਾੜੇ ਅਨਸਰ ਆ ਦਰਿਆ ਤੋਂ ਟੱਪ ਕੇ ਇੱਧਰ ਆਉਂਦੇ ਆ, ਇੱਧਰ ਲਈ ਉੱਧਰ ਜਾਂਦੇ ਆ, ਔਰ ਉਦੋਂ ਵੀ ਸਾਡੇ DSP ਸਾਹਿਬ ਔਰ ਸਾਰੇ ਆਫਿਸਰਸ ਬਹੁਤ ਸਾਰੀਆਂ ਸ਼ਿਕਾਇਤਾਂ ਸੀਗੀਆਂ ਉਸ ਘਰ ਦੀਆਂ, ਔਰ ਉਹਦੇ ਇਨਕਾਊਂਟਰ ਦੇ ਵਿੱਚ ਹੀ ਇੱਕ ਬੰਦਾ ਉਹਨਾਂ ਦਾ ਉਹਦੀ ਡੈਥ ਹੋਈ ਸੀਗੀ, ਔਰ ਬਾਕੀ ਜਿੰਨੇ ਬੰਦੇ ਸੀ ਅਸੀਂ ਰਾਊਂਡ ਅਪ ਕੀਤੇ ਉਹ ਜੇਲ੍ਹ 'ਚ ਹੈਗੇ ਆ, ਪਰ ਹਰ ਐਂਗਲ ਤੋਂ ਤਫਤੀਸ਼ ਕੀਤੀ ਜਾਊਗੀ, ਕਿਉਂਕਿ ਉਸ ਟਾਈਮ ਵੀ ਸਾਰਾ ਪਿੰਡ ਹੀ ਉਹਨਾਂ ਉਸ ਘਰ ਤੋਂ ਦੁਖੀ ਸੀਗਾ, ਔਰ ਕੁਛ ਬੰਦੇ ਹੁੰਦੇ ਜਿਹੜੇ ਸਾਹਮਣੇ ਆ ਕੇ ਗੱਲ ਕਰਦੇ ਆ, ਕੁਛ ਡਰਦੇ ਹੈਗੇ ਆ, ਜੇ ਉਹ ਐਂਗਲ ਵੀ ਹੈਗਾ ਤਾਂ ਵੀ ਕੋਈ ਵੀ ਐਂਗਲ ਹੋਊਗਾ ਉਹ ਤੁਹਾਡੇ ਸਾਹਮਣੇ ਲਿਆਂਦਾ ਜਾਊਗਾ ਵੀ ਕਿਸ ਕਾਰਨ ਕਰਕੇ ਇਹ ਮਰਡਰ ਹੋਇਆ।